29वें कौमी सड़क सुरक्षा सप्ताह के तहत ट्रैफिक पुलिस पटियाला वालों प्रिंसीपल श्रीमती प्रीत महेंद्र कौर सियाल की अगवाई हेठ सैमीनार का आयोजन किया गया, जिस विच ट्रैफिक एजुकेशन सैल पुलिस पटियाला वालों इंस्पैक्टर पुष्पा देवी ए एस आई गुरजाप सिंह विशेष तौर पर हाजिर हुए, जिन्हां ने स्कूली बच्चों के अध्यापकों ट्रैफिक नियमों की विस्तार पूर्वक जानकारी दी। ਸਾਨੂੰ ਟ੍ਰੈਫਿਕ ਪੁਲਿਸ ਵਾਲੇ ਨੇ ਸਕੂਲ 'ਚ ਆ ਕੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਹੁਣ ਅਸੀਂ ਪੋਸਟ ਮੇਕਰਸ ਬਣਾ ਕੇ ਉਰੇ ਰੋਡ 'ਤੇ ਚੌਂਕ 'ਤੇ ਰੈਲੀ ਕੱਢ ਰਹੇ ਹਾਂ ਤਾਂ ਕਿ ਦੂਸਰੇ ਲੋਕ ਅਵੇਅਰ ਹੋ ਸਕਣ ਟ੍ਰੈਫਿਕ ਰੂਲਸ ਬਾਰੇ। ਦੁਰਘਟਨਾਵਾਂ ਹੋ ਰਹੀਆਂ ਉਹ ਤਾਂ ਅਵੇਅਰ ਹੋ ਸਕਦੇ ਆ ਤੇ ਦੂਜਿਆਂ ਨੂੰ ਦੱਸ ਸਕਦੇ ਆ ਜਿਹੜੇ ਹੈਲਮੈਟ ਨਹੀਂ ਲਾਉਂਦੇ। ਹੁਣ ਕੱਲ ਬਾਈ ਚਾਂਸ ਕੋਈ ਦੁਰਘਟਨਾ ਹੋ ਜਾਵੇ ਫਿਰ ਉਹਨਾਂ ਦਾ ਜ਼ਿੰਮੇਦਾਰ ਕੌਣ ਹੋਏਗਾ? ਉਹ ਹੈਲਮੈਟ ਜੇ ਹੁੰਦਾ ਤਾਂ ਕਸ ਬਚ ਸਕਦੇ ਆ, ਕਈ ਜਾਣਾ ਵੀ ਐਵੇਂ ਜਾਂਦੀਆਂ ਬਿਨਾਂ। ਸਭ ਤੋਂ ਪਹਿਲਾਂ ਕਿ ਉਹਨਾਂ ਨੂੰ ਸਕੂਟਰੀ ਚਲਾਉਣੀ ਨਹੀਂ ਚਾਹੀਦੀ ਸਟੂਡੈਂਟ ਨੂੰ ਪਹਿਲਾਂ ਤਾਂ, ਦੂਜੀ ਗੱਲ ਜੇ ਚਲਾਉਂਦੇ ਵੀ ਹੈ ਤਾਂ ਹੈਲਮੈਟ ਤਾਂ ਬਹੁਤ ਜ਼ਰੂਰੀ ਹੈ। ਇਹ ਸਾਡਾ ਟ੍ਰੈਫਿਕ ਵਿੰਗ ਪੰਜਾਬ ਵੱਲੋਂ ਅਤੇ ਡਿਸਟ੍ਰਿਕਟ ਟ੍ਰੈਫਿਕ ਪਟਿਆਲਾ ਵੱਲੋਂ ਅਸੀਂ ਸਮੇਂ ਸਮੇਂ ਸਿਰ ਟ੍ਰੈਫਿਕ ਦੀ ਜਿਹੜੀ ਲੋਕ ਵਾਇਲੇਸ਼ਨ ਕਰਦੇ ਨੇ ਉਹਨਾਂ ਨੂੰ ਸੁਚੇਤ ਕਰਨ ਲਈ ਟ੍ਰੈਫਿਕ ਰੂਲਸ ਦੀ ਪਾਲਣਾ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਅਸੀਂ ਤਰੀਕੇ ਅਪਣਾ ਕੇ ਕੋਸ਼ਿਸ਼ ਕਰ ਰਹੇ ਹਾਂ। ਇਸੇ ਲੜੀ 'ਚ ਅੱਜ ਸ਼੍ਰੀ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਹਨਾਂ ਦੇ ਚੇਅਰਮੈਨ ਸਾਹਿਬ ਅਤੇ ਉਹਨਾਂ ਦੇ ਬੱਚਿਆਂ ਦੀ ਮਦਦ ਨਾਲ ਅਸੀਂ ਪਹਿਲਾਂ ਇੰਸਪੈਕਟਰ ਪੁਸ਼ਪਾ ਦੇਵੀ ਔਰ ਏਐਸਸੀ ਗੁਰਜਾਪ ਸਿੰਘ ਨੇ ਸਕੂਲ ਦੇ ਵਿੱਚ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਹੈ, ਬੜੇ ਵਿਸਥਾਰ 'ਚ ਉਹਨਾਂ ਨੂੰ ਦੱਸਿਆ। ਫਿਰ ਇਹਨਾਂ ਦੀ ਮਦਦ ਨਾਲ ਹੁਣ ਅਸੀਂ ਇਸ ਚੌਂਕ ਦੇ ਵਿੱਚ ਜਿਹੜੇ ਸਾਡੇ ਵਾਇਲੇਟਰ ਨੇ ਜਿਹੜੇ ਛੋਟੇ ਛੋਟੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ ਜਿਹਦੇ ਨਾਲ ਉਹਨਾਂ ਦੀ ਜਾਨ ਜਾ ਸਕਦੀ ਹੈ, ਅਸੀਂ ਬੱਚਿਆਂ ਦੇ ਰਾਹੀਂ ਉਹਨਾਂ ਨੂੰ ਸੁਚੇਤ ਕਰ ਰਹੇ ਹਾਂ ਅਤੇ ਕੋਸ਼ਿਸ਼ ਕਰ ਰਹੇ ਸੀ। ਸਰ ਇਹ ਬੱਚੇ ਵੀ ਦੇਖੇ ਜਾ ਰਹੇ ਨੇ ਸਕੂਲ ਦੇ ਸਟੂਡੈਂਟ ਕੁਝ ਵੀ ਬਹੁਤ ਘੱਟ ਹੈਲਮਟ ਯੂਜ ਕਰਦੇ ਨੇ ਔਰ ਤਿੰਨ ਤਿੰਨ ਸਵਾਰ ਬੈਠ ਕੇ ਨਾ ਸਰ ਉਹ ਥੋੜ੍ਹਾ ਜਿਹਾ ਹਲਚਲ ਵੀ ਕਰਦੇ ਨੇ। ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ, ਅਸੀਂ ਇਸੇ ਕਰਕੇ ਜਿਹੜੀ ਮੂਵ ਚਲਾਈ ਅਸੀਂ ਸਕੂਲਾਂ 'ਚੋਂ ਚਲਾਈਏ, 5ਵੀਂ ਕਲਾਸ ਤੋਂ ਲੈ ਕੇ ਸੀਨੀਅਰ ਸੈਕੰਡਰੀ ਕਲਾਸ ਤੱਕ ਅਸੀਂ ਇਹ ਸਕੂਲਾਂ ਦੇ ਵਿੱਚ ਰੈਗੂਲਰ ਲੈਕਚਰ ਦੇ ਰਹੇ ਹਾਂ ਔਰ ਬਾਅਦ ਵਿੱਚ ਉਹਨਾਂ ਦੇ ਟੀਚਰ ਸਾਹਿਬਾਨ ਵੀ ਇਹ ਜ਼ਿੰਮੇਵਾਰੀ ਲੈ ਰਹੇ ਨੇ ਵੀ ਉਹ ਆਪਣੇ ਵੀਕਲੀ ਜਾਂ ਪ੍ਰੇਅਰ ਦੇ ਤੋਂ ਬਾਅਦ ਇਹ ਲੈਕਚਰ ਦਿਆ ਕਰਨਗੇ। ਅਸੀਂ ਸਕੂਲਾਂ ਤੋਂ ਹੀ ਇਹ ਮੁਹਿੰਮ ਸ਼ੁਰੂ ਕਰ ਰਹੇ ਹਾਂ। ਹਾਂਜੀ, ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ ਵੱਖ ਵੱਖ ਸਬ ਡਿਵੀਜ਼ਨ ਲੈਵਲ 'ਤੇ ਲੈ ਕੇ ਕਰਦੇ ਹਾਂ, ਜਿਵੇਂ ਸਮਾਣਾ ਹੈ, ਨਭ ਹੈ, ਪਾਤੜਾ ਹੈ, ਇਸ ਤਰ੍ਹਾਂ ਅਸੀਂ ਕਰਦੇ।